ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਖਬਰਾਂ ਦੇ ਇਸ ਬੁਲਟਿਨ 'ਚ। ਮੈਂ ਤੁਹਾਡਾ ਰਮਨ ਬਾਜਵਾ। ਬੁਲਟਿਨ ਦਾ ਆਗਾਜ਼ ਕਰਾਂਗੇ ਪਰ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹੁਣ ਤੱਕ ਦੀਆਂ ਖਾਸ ਖਬਰਾਂ ਤੇ। ਕੈਪਟਨ ਅੱਜ ਦਿੱਲੀ ਦੌਰੇ ਤੇ, ਪੀਐਮ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਡਾਕਟਰ ਮਨਮੋਹਨ ਸਿੰਘ ਨਾਲ ਕੀਤੀ ਮੁਲਾਕਾਤ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲਾਂਘੇ ਦੀਆਂ ਤਿਆਰੀਆਂ ਜ਼ੋਰਾਂ ਤੇ, ਹੁਣ ਭਾਰਤੀ ਸਰਹੱਦ ਤੋਂ ਦੂਰਬੀਨ ਰਾਹੀਂ ਹੋ ਸਕਣਗੇ ਖੁੱਲ੍ਹੇ ਦਰਸ਼ਨ ਦੀਦਾਰੇ। ਲੰਗਰ ਦੇ ਪ੍ਰਸ਼ਾਦਿਆਂ ਲਈ ਲਗਾਏ ਜਾ ਰਹੇ 2 ਆਟੋਮੈਟਿਕ ਯੂਨਿਟ 9 ਨਵੰਬਰ ਨੂੰ ਇਮਰਾਨ ਖਾਨ ਤੇ ਫੌਜ ਮੁਖੀ ਕਰਨਗੇ ਲਾਂਘੇ ਦਾ ਉਦਘਾਟਨ। INX ਮੀਡੀਆ ਮਾਮਲੇ ਵਿੱਚ ਘਿਰੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ CBI ਕੋਰਟ ਵੱਲੋਂ ਇੱਕ ਵਾਰ ਫਿਰ ਝਟਕਾ। ਚਿਦੰਬਰਮ ਦੀ ਨਿਆਇਕ ਹਿਰਾਸਤ ਵਿੱਚ 17 ਅਕਤੂਬਰ ਤੱਕ ਵਾਧਾ। ਮਹਾਰਾਸ਼ਟਰ ਚੋਣਾਂ ਲਈ ਭਾਜਪਾ ਨੇ ਜਾਰੀ ਕੀਤੀ ਅੱਜ ਤੀਜੀ ਲਿਸਟ, 4 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ। ਪਾਰਟੀ ਵੱਲੋਂ ਹੁਣ ਤੱਕ 143 ਸੀਟਾਂ ਤੇ ਆਪਣੇ ਉਮੀਦਵਾਰਾਂ ਦਾ ਨਾਮ। ਅੱਤਵਾਦੀ ਕਾਰੇ ਨੇ ਦਿੱਲੀ ਨੂੰ ਦਹਿਲਾਉਣ ਦੀ ਸਾਜਿਸ਼, ਦਿੱਲੀ ਕਾਨਪੁਰ ਵਿੱਚ ਅਲਰਟ, ਪੁਲਿਸ ਵੱਲੋਂ ਕਈ ਥਾਵਾਂ ਤੇ ਛਾਪਾਮਾਰੀ। ਬੁਲਟਿਨ ਦਾ ਆਗਾਜ਼ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਦੌਰੇ ਦੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਦੌਰੇ ਤੇ ਸਨ, ਜਿੱਥੇ ਅੱਜ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਡਾਕਟਰ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਦੀ। ਅੱਜ ਦਿੱਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਸੱਦਾ ਪੱਤਰ ਦਿੱਤਾ। ਇਸ ਦੇ ਨਾਲ ਹੀ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਸਰਕਾਰ ਵੱਲੋਂ ਉਲੀਕੇ ਜਾ ਰਹੇ ਸਮਾਗਮਾਂ ਬਾਰੇ ਜਾਣੂ ਕਰਾਇਆ। ਪੀਐਮ ਮੋਦੀ ਨੂੰ ਪੰਜਾਬ ਆ ਕੇ ਇਹਨਾਂ ਸਮਾਗਮਾਂ ਵਿੱਚ ਆਪਣੀ ਹਾਜ਼ਰੀ ਭਰਨ ਦਾ ਸੱਦਾ ਦਿੱਤਾ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਅੱਜ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਵੀ ਮਿਲੇ ਨੇ ਅਤੇ ਉਹਨਾਂ ਨੂੰ ਵੀ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਆਉਣ ਦਾ ਸੱਦਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੁਲਾਕਾਤ ਦੌਰਾਨ ਕੈਪਟਨ ਨੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਨਾਲ ਚਰਚਾ ਕੀਤੀ ਹੈ। ਇਸ ਉਪਰੰਤ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨਾਲ ਵੀ ਮੁਲਾਕਾਤ ਕੀਤੀ, ਜਿੱਥੇ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਜਾਣ ਨੂੰ ਕਿਹਾ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਸੱਦਾ ਸਵੀਕਾਰ ਕਰ ਲਿਆ। ਇਹ ਦੱਸ ਦਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਵੀ ਡਾਕਟਰ ਮਨਮੋਹਨ ਸਿੰਘ ਨੂੰ ਕਰਤਾਰਪੁਰ ਕੋਰੀਡੋਰ ਰਾਹੀਂ ਆਉਣ ਦਾ ਸੱਦਾ ਦਿੱਤਾ ਸੀ। ਸੂਤਰਾਂ ਮੁਤਾਬਿਕ ਡਾਕਟਰ ਮਨਮੋਹਨ ਸਿੰਘ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਤੋਂ ਬਾਅਦ 9 ਨਵੰਬਰ ਨੂੰ ਪਹਿਲੇ ਜਥੇ ਨਾਲ ਪਾਕਿਸਤਾਨ ਜਾਣਗੇ। ਇਸ ਦੌਰਾਨ ਪਾਕਿਸਤਾਨ ਵੱਲੋਂ ਆਏ ਸੱਦੇ ਦੇ ਪੁੱਛੇ ਸਵਾਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੇਰੇ ਜਾਣ ਦਾ ਸਵਾਲ ਤਾਂ ਉੱਠਦਾ ਹੀ ਨਹੀਂ, ਲੱਗਦਾ ਹੈ ਮਨਮੋਹਨ ਸਿੰਘ ਵੀ ਨਹੀਂ ਜਾਣਗੇ। ਪਰ ਪੰਜਾਬ ਸਰਕਾਰ ਦੇ ਸੂਤਰਾਂ ਮੁਤਾਬਿਕ ਡਾਕਟਰ ਮਨਮੋਹਨ ਸਿੰਘ ਅਤੇ ਅਮਰਿੰਦਰ ਸਿੰਘ ਕੋਰੀਡੋਰ ਰਾਹੀਂ ਗੁਰਦੁਆਰਾ ਸਾਹਿਬ ਤੱਕ ਜਾਣਗੇ ਤੇ ਮੱਥਾ ਟੇਕ ਕੇ ਵਾਪਸ ਆਉਣਗੇ। ਪਿਛਲੇ ਹਫ਼ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਨੇ ਵੀ ਕਰਤਾਰਪੁਰ ਕੋਰੀਡੋਰ ਲਾਂਚ ਮਾਕੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਸੱਦਾ ਦੇਣ ਦੀ ਗੱਲ ਕੀਤੀ ਸੀ। ਅੱਗੇ ਵਧਦਿਆਂ ਭਾਰਤੀ ਜਨਤਾ ਪਾਰਟੀ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 4 ਉਮੀਦਵਾਰਾਂ ਦੀ ਅੱਜ ਤੀਜੀ ਲਿਸਟ ਜਾਰੀ ਕਰ ਦਿੱਤੀ ਹੈ। ਪਾਰਟੀ ਹੁਣ ਤੱਕ 143 ਸੀਟਾਂ ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਮਹਾਰਾਸ਼ਟਰ ਵਿੱਚ ਭਾਜਪਾ ਤੇ ਸ਼ਿਵ ਸੈਨਾ ਵਿਚਾਲੇ ਹਾਲੇ ਤੱਕ ਅਧਿਕਾਰਿਕ ਤੌਰ ਤੇ ਗੱਠਜੋੜ ਦਾ ਐਲਾਨ ਨਹੀਂ ਹੋਇਆ, ਪਰ ਪਾਰਟੀ ਨੇ 143 ਸੀਟਾਂ ਤੇ ਆਪਣੇ ਉਮੀਦਵਾਰ ਉਤਾਰ ਕੇ ਆਪਣਾ ਰੁਖ ਸਾਫ਼ ਕਰ ਦਿੱਤਾ। ਉਧਰ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨਰਾਇਣ ਰਾਣੇ ਦਾ ਬੇਟਾ ਨਿਤੀਸ਼ ਰਾਣੇ ਅੱਜ ਅਧਿਕਾਰੀ ਰੂਪ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਨੇ। ਦੱਸਿਆ ਜਾ ਰਿਹਾ ਹੈ ਕਿ ਨਿਤੀਸ਼ ਇੱਕ ਵਾਰ ਫਿਰ ਕਨਾਕਲੀ ਸੀਟ ਤੋਂ ਵਿਧਾਨ ਸਭਾ ਚੋਣ ਲੜ ਸਕਦੇ ਨੇ। ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਿਲ ਹੋਏ ਨਿਤੀਸ਼ ਰਾਣੇ ਕੰਕਾਵਲੀ ਸੀਟ ਤੋਂ ਚੋਣ ਮੈਦਾਨ ਵਿੱਚ ਉਤਰ ਸਕਦੇ ਨੇ। ਜ਼ਿਕਰੇ ਖਾਸ ਹੈ ਕਿ ਸਾਲ 2014 ਵਿੱਚ ਨਿਤੀਸ਼ ਰਾਣੇ ਨੇ ਇਸ ਸੀਟ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜੀ ਸੀ ਅਤੇ ਜਿੱਤ ਹਾਸਲ ਕੀਤੀ ਸੀ। ਨਿਤੀਸ਼ ਨੇ 25,000 ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।
अगे बढ़ते हैं। INX मीडिया मामले में कांग्रेस के सीनियर नेता ते साबका वित्त मंत्री पी चिदंबरम नू सीबीआई कोर्ट वालों एक बार फिर झटका लगा। कोर्ट ने चिदंबरम की न्यायिक हिरासत 17 अक्टूबर तक बता दी है। चिदंबरम ने सेहत संबंधी समस्यावां दा हवाला देंदे हुए तिहाड़ जेल में घर का खाना मुहैया कराने की अपील की। इतने दस दईए कि चिदंबरम नू सीबीआई ने 21 अगस्त नू गिरफ्तार किया, पर अज फिर सीबीआई वालों उन्होंने जोरदार झटका दिता गया, जिथे उन्हां दी न्यायिक हिरासत में 17 अक्टूबर तक वादा कर दिया गया। पाकिस्तान ने श्री करतारपुर साहिब लांघे की उसारी की अज पंचवीं अधिकारित वीडियो जारी करते दावा किया है कि दरिया रावी ते पुल 0 पॉइंट तो गुरद्वारा साहिब तक सड़क आदि की उसारी 100% मुकम्मल कर ली गई है, जबकि गुरद्वारा साहिब के वेहड़े में तैयार किए गए 16 RCC पैनल में 12 पैनल से संगमरमर लगाने का काम मुकम्मल कर लिया गया है। रहिंदा काम अगले 8 से 10 दिनों में मुकम्मल कर लिया जाएगा। लगभग 10 एकड़ में लगाया जाने वाला यह चिट्टा संगमरमर और ग्रेनाइट इको डिजाइन से क्वालिटी का मंगवाया गया है। लांघे की उसारी करवा रही कंपनी के सीनियर इंजीनियर खासिफ अली ने श्री करतारपुर साहब विखे चल रही उसारी के बारे में जानकारी देंदे दसाया कि डिवेलपमेंट ऑफ करतारपुर कोरीडोर प्रोजेक्ट अधीन 28 दिसंबर में शुरू की गई लांघे की उसारी निर्विघन 3 शिफ्टों में दिन रात जारी है। इंजीनियर अली ने यह भी दसाया कि भारतीय सरहद तो गुरद्वारा साहब आने 3 दर्शनी ड्योड़िया उसारिया गई ने, जिन्हों के अंदरूनी हिस्से का 100% काम मुकम्मल कर लिया गया। वीडियो राही गुरद्वारा श्री करतारपुर साहब के हैड ग्रंथी भाई गोबिंद सिंह ने दावा किया है कि प्रधानमंत्री इमरान खान 9 नवंबर को लांघे का उद्घाटन करेंगे। गुरद्वारा श्री करतारपुर साहब के खुले दर्शन दीदार का विशेष प्रबंध करद्या भारतीय सरहद वाले पास किसी प्रकार की कोई उसारी नहीं की जा रही। उन्होंने कहा कि यात्रुओं की वड्डी गिनती वेखद्या लंगर घर में प्रशादे बनाने 2 ऑटोमैटिक प्लांट भी लगाए जा रहे हैं, ताकि लंगर बताते समय किसी प्रकार की परेशानी पेश ना आए। गुरद्वारा श्री दुख निवारण साहिब और गुरद्वारा मोती बाग साहब विखे श्रद्धा भावना नाल अज पंचमी मनाई गई। इस मौके गुरद्वारा साहब विखे सवेर तो ही संगत गुरु घर के दर्शन दीदारे कर पुजिया। गुरु घर विखे कवि दरबार कीर्तन समागम और ढाडी जथिया ने संगत को निहाल किया। गुरद्वारा श्री दुख निवारण साहब के हैड ग्रंथी ज्ञानी परनाम सिंह ने पंचमी संबंधी इतिहास बारे जानना पाया। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਚਰਨ ਛੋ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਮਹੀਨਾਵਾਰੀ ਪੰਚਮੀ ਦੇ ਜੋੜ ਮੇਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਇਹ ਸਮਾਗਮ ਜਿਹੜੇ ਹਨ ਜੋੜ ਮੇਲ ਮਨਾਏ ਜਾਂਦੇ ਹਨ ਔਰ ਅੱਜ ਦੇ ਅਹਿਮ ਦਿਹਾੜੇ ਹਨ। ਇਹਨਾਂ ਦਿਹਾੜਿਆਂ ਨੂੰ ਲੈ ਕਰਕੇ ਸੰਗਤਾਂ ਦੇ ਮਨਾਂ ਅੰਦਰ ਭਾਰੀ ਸ਼ਰਧਾ ਹੈ, ਭਾਵਨਾ ਹੈ, ਉਤਸ਼ਾਹ ਹੈ। ਬੜੇ ਉਤਸ਼ਾਹ ਭਾਵਨਾ ਦੇ ਸਹਿਤ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀਆਂ ਨੇ, ਨਤਮਸਤਕ ਹੋ ਰਹੀਆਂ ਨੇ। ਪਾਵਨ ਸਰੋਵਰ ਵਿੱਚ ਇਸ਼ਨਾਨ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਔਰ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਕੇ ਅਤੁੱਟ ਲੰਗਰ ਵਰਤ ਰਹੇ ਨੇ। ਖੁੱਲ੍ਹੇ ਦੀਵਾਨ ਹਾਲ ਦੇ ਵਿੱਚ ਦੀਵਾਨ ਸਜੇ ਹੋਏ ਹਨ, ਜਿਸ ਵਿੱਚ ਸਮੁੱਚੀਆਂ ਸੰਗਤਾਂ ਨੂੰ ਅਸੀਂ ਪ੍ਰਬੰਧ ਵੱਲੋਂ ਜਿਉਂ ਆਇਆਂ ਆਖਦੇ ਹਾਂ। ਸਤਿਗੁਰੂ ਸਭਨਾਂ ਦੀ ਯਾਤਰਾ ਸਫਲ ਕਰਨ। ਰੁਕਾਲੇ ਨੇ ਕੁਝ ਹੋਰ ਅਹਿਮ ਖਬਰਾਂ ਵੱਲ। ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਅੱਤਵਾਦੀ ਰਾਜਧਾਨੀ ਦਿੱਲੀ ਨੂੰ ਦਹਿਲਾਉਣ ਦੀ ਕੋਸ਼ਿਸ਼ਾਂ ਕਰ ਰਹੇ ਨੇ। ਦਿੱਲੀ ਵਿੱਚ ਇਸ ਸਮੇਂ ਕਈ ਥਾਵਾਂ ਤੇ ਛਾਪਾਮਾਰੀ ਕੀਤੀ ਜਾ ਰਹੀ ਹੈ। ਇਹ ਛਾਪਾਮਾਰੀ ਅੱਤਵਾਦੀ ਹਮਲਿਆਂ ਦੇ ਅਲਰਟ ਤੋਂ ਬਾਅਦ ਸ਼ੁਰੂ ਹੋਈ ਹੈ। ਸੁਰੱਖਿਆ ਏਜੰਸੀਆਂ ਨੂੰ ਜਾਣਕਾਰੀ ਮਿਲੀ ਹੈ ਕਿ 3 ਤੋਂ 4 ਅੱਤਵਾਦੀ ਦਿੱਲੀ ਦਾਖਲ ਹੋਣ ਵਿੱਚ ਕਾਮਯਾਬ ਹੋਏ ਨੇ। ਇਸ ਦੌਰਾਨ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਰਾਜਧਾਨੀ ਦਿੱਲੀ ਵਿੱਚ 9 ਖੁਫੀਆ ਠਿਕਾਣਿਆਂ ਤੇ ਛਾਪਾਮਾਰੀ ਕੀਤੀ, ਜਿਸ ਵਿੱਚ ਸਪੈਸ਼ਲ ਸੈੱਲ ਨੂੰ ਕੁਝ ਖੁਫੀਆ ਜਾਣਕਾਰੀ ਵੀ ਮਿਲੀ। ਦਿੱਲੀ ਵਿੱਚ ਦਾਖਲ ਹੋਏ ਅੱਤਵਾਦੀ ਜੈਸ਼ੇ ਮੁਹੰਮਦ ਦੇ ਦੱਸੇ ਜਾ ਰਹੇ ਨੇ। ਛਾਪਾਮਾਰੀ ਕੱਲ੍ਹ ਸ਼ਾਮ ਸਿਲਮਪੁਰ, ਉੱਤਰ ਪੂਰਬੀ, ਜਾਮਿਆ ਨਗਰ ਅਤੇ ਪਹਾੜਗੰਜ ਇਲਾਕਿਆਂ ਵਿੱਚ ਸ਼ੁਰੂ ਹੋਈ ਸੀ। ਉਧਰ ਅਮਰੀਕਾ ਵੀ ਕਹਿ ਚੁੱਕਿਆ ਹੈ ਕਿ ਕਸ਼ਮੀਰ ਮੁੱਦੇ ਨੂੰ ਲੈ ਕੇ ਪਾਕਿਸਤਾਨ ਦੇ ਅੱਤਵਾਦੀ ਭਾਰਤ ਵਿੱਚ ਹਮਲੇ ਕਰ ਸਕਦੇ ਨੇ। ਅਮਰੀਕਾ ਨੇ ਕਿਹਾ ਕਿ ਜੇਕਰ ਪਾਕਿਸਤਾਨ ਇਹਨਾਂ ਅੱਤਵਾਦੀ ਸੰਗਠਨਾਂ ਨੂੰ ਕਾਬੂ ਰੱਖੇ ਤਾਂ ਅੱਤਵਾਦੀ ਹਮਲਿਆਂ ਨੂੰ ਰੋਕਿਆ ਜਾ ਸਕਦਾ ਹੈ। ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਤੋਂ ਮਿਲੀ ਧਮਕੀ ਦੇ ਚੱਲਦੇ ਜਿੱਥੇ ਪੂਰਾ ਦੇਸ਼ ਅਲਰਟ ਤੇ ਹੈ, ਉੱਥੇ ਹੀ ਪੰਜਾਬ ਦੇ 4 ਸ਼ਹਿਰ ਵੀ ਹਾਈ ਅਲਰਟ ਤੇ ਨੇ, ਜਿਨ੍ਹਾਂ ਵਿੱਚ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਸ਼ਾਮਿਲ ਨੇ। ਇੱਥੇ ਦੱਸ ਦਈਏ ਕਿ ਜ਼ਿਲ੍ਹਾ ਪਠਾਨਕੋਟ ਇਸ ਸਮੇਂ ਅੱਤਵਾਦੀਆਂ ਦੇ ਨਿਸ਼ਾਨੇ ਤੇ ਮੰਨਿਆ ਜਾ ਰਿਹਾ ਹੈ, ਜਿਸ ਨੂੰ ਦੇਖਦਿਆਂ ਇੱਥੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਵੀ ਡੇਰੇ ਲਗਾਏ ਹੋਏ ਨੇ, ਤਾਂ ਜੋ ਸ਼ਰਾਰਤੀ ਅੰਸਰ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਾ ਦੇ ਸਕਣ। ਸਾਡੀ ਸਕਿਉਰਿਟੀ ਹੈ ਕਿ 24 ਘੰਟੇ ਨਾਕਾ ਚੱਲ ਰਿਹਾ, ਹਰ ਗੱਡੀ ਦੀ ਚੈਕਿੰਗ ਕਰ ਰਹੀ ਹੈ। ਜੇ ਐਂਡ ਕੇ ਹਰਿਆਣਾ ਜੋ ਵੀ ਗੱਡੀ ਹੋਏਗੀ ਸਾਰੀ ਚੱਕ ਹੁੰਦੀ, ਟਰੱਕ ਹੋਏ, ਬੱਸ ਹੋਏ ਜਾਂ ਕਾਰ, ਕੋਈ ਵੀ ਚੈਕਿੰਗ ਤੋਂ ਬਗੈਰ ਨਹੀਂ ਜਾ ਰਹੀ। ਜਦੋਂ ਰਾਤ ਨੂੰ ਕਮਾਂਡੋ ਵੀ ਆ ਜਾਂਦੀ, ਰਾਤ ਮੁਲਾਜ਼ਮ ਨਫਰੀ ਜ਼ਿਆਦਾ ਵੱਧ ਜਾਂਦੀ ਹੈ।
ਅਗੇਵਾਦੀਆਂ ਦਿੱਲੀ ਦੇ ਲਾਲ ਕਿਲ੍ਹਾ ਦੀ ਰਾਮਲੀਲਾ ਕਮੇਟੀ ਵੱਲੋਂ ਮੂਲ ਮੰਤਰ ਤੇ ਡਾਂਸ ਕਰਨ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਸਖਤ ਇਤਰਾਜ਼ ਕਰਦਿਆਂ ਸਿੱਖ ਜਥੇਬੰਦੀਆਂ ਨੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਹਾਲਾਂਕਿ ਰਾਮਲੀਲਾ ਦੀ ਇਵੈਂਟ ਆਰਗੇਨਾਈਜ਼ਰ ਕਮੇਟੀ ਨੇ ਮਾਫ਼ੀ ਮੰਗ ਲਈ ਹੈ। ਆਓ ਦੇਖਦੇ ਹਾਂ ਕੀ ਸੀ ਪੂਰਾ ਮਾਮਲਾ। ਕਿ ਜਿਹੜੀ ਦਿੱਲੀ ਦੇ ਅੰਦਰ ਲਾਲ ਕਿਲ੍ਹੇ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਇੱਕ ਰਾਮਲੀਲਾ ਕਮੇਟੀ ਹੈ ਜਿਹੜੀ ਕਿ ਪਿਛਲੇ ਮੇਰਾ ਖਿਆਲ ਹੈ 10-50-100 ਸਾਲ ਤੋਂ ਉੱਥੇ ਉਹ ਰਾਮਲੀਲਾ ਕਰਦੇ ਆ ਰਹੇ ਹੈ ਔਰ ਹਿੰਦੁਸਤਾਨ ਦੀ ਉਹ ਸਭ ਤੋਂ ਇੱਕ ਵੱਡੀ ਇੱਕ ਕਮੇਟੀ ਹੈ ਜਿਹੜੀ ਰਾਮਲੀਲਾ ਕਮੇਟੀ ਉਹ ਉੱਥੇ ਹੁਣ ਇੱਕ ਵੀਡੀਓ ਸਾਡੇ ਕੋਲ ਵਾਇਰਲ ਹੋ ਕੇ ਸੋਸ਼ਲ ਮੀਡੀਆ ਰਾਹੀਂ ਪਹੁੰਚੀ ਹੈ ਜਿਹਦੇ ਵਿੱਚ ਜਦੋਂ ਉਹ ਰਾਮਲੀਲਾ ਦੀ ਸ਼ੁਰੂਆਤ ਕਰਦੇ ਹੈ ਤਾਂ ਉੱਥੇ ਉਹ ਗੁਰਬਾਣੀ ਦੇ ਵਿੱਚ ਮੂਲ ਮੰਤਰ ਤੋਂ ਸਟਾਰਟ ਕਰਕੇ ਔਰ ਉਸ ਮੂਲ ਮੰਤਰ ਨੂੰ ਜਦੋਂ ਉਸ ਸਾਊਂਡ ਸਿਸਟਮ ਦੇ ਉੱਤੇ ਚਲਾਇਆ ਜਾਂਦਾ ਹੈ ਔਰ ਉਸ ਮੂਲ ਮੰਤਰ ਦੇ ਉੱਪਰ ਬਕਾਇਦਾ ਡਾਂਸ ਚੱਲ ਰਹੇ ਨੇ ਉਹ ਡਾਂਸ ਕਰਕੇ ਜਿਹੜਾ ਉਹ ਉੱਥੇ ਪਰਫਾਰਮੈਂਸ ਕੀਤੀ ਜਾ ਰਹੀ ਹੈ। ਅਸੀਂ ਆਪਣੇ ਵੱਲੋਂ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਦੀ ਜਿਹੜੀ ਹੈ ਗੱਲ ਹੈ ਉਹਨੂੰ ਜੇ ਰੱਖਿਆ ਤਾਂ ਅਸੀਂ ਉੱਤੇ ਪੂਰੀ ਪਹਿਰੇਦਾਰੀ ਦੇਵਾਂਗੇ, ਬਕਾਇਦਾ ਉਹਨਾਂ ਉੱਤੇ ਜਿਹੜੀ ਹੈ ਉਹ ਕਾਨੂੰਨੀ ਕਾਰਵਾਈ ਕਰਾ ਕੇ ਰਹਾਂਗੇ। ਜੇ ਨਾ ਹੋਈ ਤਾਂ ਮੇ ਬੀ ਸ਼ਾਇਦ ਇਹ ਅੱਜ ਜਲੰਧਰ ਸ਼ਹਿਰ ਤੋਂ ਗੱਲ ਉੱਠ ਕੇ ਅਤੇ ਸਾਰੇ ਪੰਜਾਬ 'ਚ ਜਾਂ ਹੋਰ ਸਟੇਟਾਂ 'ਚ ਜਾਂ ਕਿਤੇ ਦੇਸ਼ ਵਿਦੇਸ਼ਾਂ 'ਚ ਵੀ ਇਹ ਗੱਲ ਪਹੁੰਚੇ। ਇਸ ਗੱਲ ਦੇ ਉੱਤੇ ਅਸੀਂ ਬੀਇੰਗ ਅ ਸਿੱਖ ਅਸੀਂ ਸਾਰੇ ਜਣੇ ਪਹਿਰੇਦਾਰੀ ਦੇਵਾਂਗੇ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਕਿ ਪਰਾਲੀ ਦੇ ਮਸਲੇ ਦੇ ਹੱਲ ਵਾਸਤੇ ਸਰਕਾਰ ਗੰਭੀਰ ਨਹੀਂ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਕੇਂਦਰ ਜਾਂ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਦੇ ਹੱਲ ਵਾਸਤੇ ਪ੍ਰਤੀ ਕੁਇੰਟਲ 100 ਰੁਪਏ ਜਾਂ ਪ੍ਰਤੀ ਏਕੜ ਦੇ 1000 ਰੁਪਏ ਦੇ। ਉਹਨਾਂ ਕਿਹਾ ਕਿ ਪਰਾਲੀ ਦਾ ਹੱਲ ਤਦ ਹੀ ਹੋ ਸਕਦਾ ਜੇਕਰ ਸਰਕਾਰ ਕਿਸਾਨਾਂ ਦਾ ਸਾਥ ਦੇ। ਉਹਨਾਂ ਇਹ ਵੀ ਕਿਹਾ ਕਿ ਖੇਤੀ ਵਿਭਿੰਨਤਾ ਦੀ ਨੀਤੀ ਸਹੀ ਤਰ੍ਹਾਂ ਲਾਗੂ ਕਰਕੇ ਪਰਾਲੀ ਦੇ ਮਸਲੇ ਦਾ ਹੱਲ ਹੋ ਸਕਦਾ। ਅੱਜ ਦੀ ਇੱਥੇ ਪ੍ਰੈਸ ਕਾਨਫਰੰਸ ਕਰਨ ਦਾ ਮੇਨ ਇਸ਼ੂ ਸਾਡਾ 3 ਇਸ਼ੂ ਲੈ ਕੇ ਆਏ ਹਾਂ। ਇੱਕ ਤਾਂ ਜਿਹੜੀ ਪਰਾਲੀ ਸੰਬੰਧੀ ਸਾਡੀ ਪ੍ਰੋਬਲਮ ਆ ਰਹੀਆਂ ਨੇ, NGT ਦੀ 2015 ਦੇ ਵਿੱਚ ਜਿਹੜੀ ਰਿਪੋਰਟ ਆਈ ਸੀ ਵੀ ਤੁਸੀਂ ਪਰਾਲੀ ਨੂੰ ਅੱਗ ਕਿਸਾਨ ਨਹੀਂ ਲਾ ਸਕਦੇ। ਉਹਦੇ 'ਚ ਅਲੱਗ ਅਲੱਗ ਤਰੀਕੇ ਨਾਲ ਉਹਨਾਂ ਨੇ ਦੱਸਿਆ ਸੀ ਵੀ ਕਿਸਾਨਾਂ ਨੂੰ ਪਹਿਲਾਂ ਪ੍ਰਿਪੇਅਰ ਕਰੋ, ਅਗਰ ਉਹ ਪ੍ਰਿਪੇਅਰ ਕਰਕੇ ਤੁਸੀਂ ਉਹਨਾਂ ਨੂੰ ਆਰਥਿਕ ਮਦਦ ਕਰਦੇ ਹੋ ਉਸ ਤੋਂ ਬਾਅਦ ਜੇ ਉਹ ਅੱਗ ਲਾਉਂਦੇ ਆ ਤਾਂ ਉਹਨਾਂ ਦੇ ਚਲਾਨ ਵੀ ਤੁਸੀਂ ਕਰ ਸਕਦੇ ਹੋ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਪਿਛਲੇ ਸਮਿਆਂ ਦੇ ਵਿੱਚ ਆਪਣਾ ਪ੍ਰਦਰਸ਼ਨ ਦਾ ਜ਼ਰੀਆ ਆਪਦੇ ਖੇਤ 'ਚੋਂ ਸ਼ੁਰੂ ਕੀਤਾ। ਜਦੋਂ ਤੱਕ ਉਹਨਾਂ ਨੂੰ ਆਰਥਿਕ ਮਦਦ ਨਹੀਂ ਦਿੱਤੀ ਗਈ ਉਹਨਾਂ ਨੇ ਪਰਾਲੀ ਨੂੰ ਅੱਗਾਂ ਵੀ ਲਗਵਾਈਆਂ, ਉਸ ਤੋਂ ਬਾਅਦ ਸੜਕਾਂ 'ਤੇ ਜਾਮ ਕਰਕੇ ਆਪਦੀਆਂ ਮੰਗਾਂ ਦੇ ਹੱਕ ਲਈ ਲੜਦੇ ਰਹੇ। ਜਦ ਉਹ ਲੜਾਈ ਇਸ ਹੱਦ ਤੱਕ ਪਹੁੰਚ ਗਈ ਸਰਕਾਰ ਨੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ, ਅਸੀਂ ਮਾਣਯੋਗ ਹਾਈ ਕੋਰਟ ਕੋਲ ਆਪਣਾ ਕੇਸ ਲਾਇਆ। ਜਿਹੜੀਆਂ ਸਰਕਾਰ ਦੇ ਦਾਅਵੇ ਨੇ ਵੀ ਉਹਨਾਂ ਨੇ 28,000 ਇੰਪਲੀਮੈਂਟਸ ਪਿਛਲੇ ਸਾਲ ਦਿੱਤੇ ਨੇ ਅਤੇ ਕੁਛ 28,000 ਦੇ ਨੇੜੇ ਤੇੜੇ ਹੁਣ ਦੀ ਗੱਲ ਕੀਤੀ ਜਾ ਰਹੀ ਆ ਵੀ ਉਹ ਇੰਪਲੀਮੈਂਟ ਦਿੱਤੇ ਜਾ ਰਹੇ ਨੇ, ਉਹਨਾਂ ਦੇ ਵਿੱਚ ਆਵਾਮ ਨੂੰ ਸਾਰਿਆਂ ਨੂੰ ਕਾਊਂਟ ਕਰਨਾ ਚਾਹੀਦਾ। ਜਿਹੜਾ ਛੋਟਾ ਕਿਸਾਨ ਆ ਜਿਹਦੇ ਕੋਲ 1-1.5 ਲੱਖ ਦਾ ਟਰੈਕਟਰ ਨਹੀਂ ਹੈ ਉਹ 2.5-3 ਲੱਖ ਦਾ ਇੰਪਲੀਮੈਂਟ ਕਿੱਥੇ ਖਰੀਦ ਸਕੂਗਾ। ਅੱਜ ਨਾਭਾ ਜ਼ੇਲ੍ਹ ਤੋਂ ਕੈਦੀਆਂ ਨਾਲ ਭਰੀ ਹੋਈ ਇੱਕ ਜੀਪ ਜੋ ਕਿ ਪਟਿਆਲਾ ਅਦਾਲਤ ਵਿੱਚ ਪੇਸ਼ੀ ਲਈ ਜਾ ਰਹੀ ਸੀ ਅਚਾਨਕ ਸ੍ਰੀ ਦੁਖਨਿਵਾਰਨ ਸਾਹਿਬ ਚੌਂਕ ਵਿਖੇ ਲਾਲ ਬੱਤੀ ਟੱਪ ਕੇ ਇੱਕ ਕਾਰ ਵਿੱਚ ਆ ਵੱਜੀ। ਇਸ ਨਾਲ ਕਾਰ ਦਾ ਭਾਰੀ ਨੁਕਸਾਨ ਹੋਇਆ। ਕਾਰ ਸਵਾਰ ਵੱਲੋਂ ਉੱਥੇ ਹੰਗਾਮਾ ਕੀਤਾ ਗਿਆ ਪਰ ਪੁਲਿਸ ਇਸ ਮਾਮਲੇ ਨੂੰ ਰਫਾ ਦਫਾ ਕਰਦੀ ਨਜ਼ਰ ਆਈ ਪਰ ਪੁਲਿਸ ਨੇ ਵਿਰੋਧ ਜਦੋਂ ਦੇਖਿਆ ਤਾਂ ਉਹਨਾਂ ਕਾਰ ਠੀਕ ਕਰਾਉਣ ਦਾ ਭਰੋਸਾ ਦਵਾਇਆ ਤੇ ਮੁਲਾਜ਼ਮ ਆਪ ਕਾਰ ਨੂੰ ਠੀਕ ਕਰਾਉਣ ਲਈ ਲੈ ਗਏ। ਉੱਥੇ ਹੀ ਕਾਰ ਸਵਾਰ ਨੇ ਇਹ ਆਰੋਪ ਲਗਾਏ ਕਿ ਪੁਲਿਸ ਆਪ ਤਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੀ, ਉੱਤੋਂ ਆਮ ਲੋਕਾਂ ਨੂੰ ਹੀ ਦਬਾਉਂਦੀ ਨਜ਼ਰ ਆਉਂਦੀ ਹੈ। ਉੱਥੇ ਹੀ ਇਹਨਾਂ ਕੈਦੀਆਂ ਨੂੰ ਪੇਸ਼ੀ ਲਈ ਦੂਸਰੀ ਪੁਲਿਸ ਦੀ ਗੱਡੀ ਵਿੱਚ ਅਦਾਲਤ ਭੇਜਿਆ ਗਿਆ। ਚੰਡੀਗੜ੍ਹ ਇੰਡੀਅਨ ਆਇਲ ਦਾ ਆਫਿਸਰ ਹਾਂ, ਮੈਂ ਇੱਥੇ ਇੰਸਪੈਕਸ਼ਨ ਹੀ ਆਇਆ ਸੀਗਾ। ਇਹ ਗ੍ਰੀਨ ਲਾਈਟ ਤੋਂ ਮੈਂ ਨਿਕਲ ਰਿਹਾ ਸੀਗਾ, ਇੱਧਰੋਂ ਰੈੱਡ ਲਾਈਟ ਸੀ, ਪੁਲਿਸ ਦੀ ਆ ਸਾਹਮਣੇ ਜੀਪ ਖੜੀ ਆ, ਇਹਨਾਂ ਨੇ ਮੈਂ ਕ੍ਰੋਸ ਕਰ ਰਿਹਾ ਸੀਗਾ, ਇਹਨਾਂ ਨੇ ਸਿੱਧੇ ਆ ਕੇ ਮੇਰੇ 'ਚ ਟੱਕਰ ਮਾਰੀ, ਜਿਹਦੇ ਨਾਲ ਮੇਰੀ ਆ ਪਿਛਲੀ ਬੈਕ ਗੱਡੀ ਦੇ ਸਾਰੀ ਡੈਂਟਿਡ ਹੋ ਗਈ ਆ, ਤੁਸੀਂ ਦੇਖ ਸਕਦੇ ਹੋ ਹੈ ਨਾ ਜੀ। ਅਤੇ ਇਹ ਪ੍ਰੋਬਲਮ ਹੈ, ਹੁਣ ਇਹਨਾਂ ਕੋਲ ਅੱਗੇ ਪ੍ਰੋਸੈਸ਼ਨ ਪੁੱਛ ਰਹੇ ਹਾਂ ਕੀ ਕਰਨਾ ਆ, ਇਹ ਮੈਨੂੰ ਕਹਿ ਰਹੇ ਥਾਣੇ, ਚਲੋ ਥਾਣੇ ਇਨ ਕੇਸ। ਸਭ ਤੋਂ ਪਹਿਲੀ ਵੱਡੀ ਗੱਲ ਕਿ ਪੰਜਾਬ ਪੁਲਿਸ ਨੇ ਜੇਕਰ ਰੈੱਡ ਲਾਈਟ ਹੈ ਦੇ ਮਸਟ ਆਲਸੋ ਸਟੋਪ, ਇਫ ਪਬਲਿਕ ਸ਼ੁੱਡ ਸਟੋਪ ਦੇ ਮਸਟ ਆਲਸੋ ਸਟੋਪ, ਜੇ ਸਾਡੀ ਗ੍ਰੀਨ ਲਾਈਟ ਹੈ ਵੀ ਹੈਵ ਟੂ ਗੋ ਐਂਡ ਵੀ ਹੈਵ ਟੂ ਗੋ। ਇਹ ਕੋਈ ਗੱਲ ਨਹੀਂ ਹੈ ਕਿ ਪੰਜਾਬ ਪੁਲਿਸ ਦੀ ਰੂਲ ਭਾਰਤ ਸੰਵਿਧਾਨ ਦੇ ਅਲੱਗ ਆ ਅਤੇ ਨੋਰਮਲ ਪਬਲਿਕ ਲਈ ਅਲੱਗ ਹੈ। ਲੋ ਇਜ਼ ਫੋਰ ਐਵਰੀ ਵਨ ਐਂਡ ਇਟ ਸ਼ੁੱਡ ਟ੍ਰੀਟ ਐਵਰੀ ਵਨ ਵਿਦ ਇਕੁਐਲਿਟੀ। ਫਸਟ ਆਫ ਆਲ ਦੇ ਆਰ ਨੋਟ ਐਕਸੈਪਟਿੰਗ ਕਿ ਹਾਂ ਵੀ ਸਾਡੀ ਗਲਤੀ ਸੀਗੀ, ਮੈਨੂੰ ਕੋਈ ਇੰਨਾ ਫਰਕ ਨਹੀਂ ਆ ਕਿ ਹਾਂ ਵੀ 4-5 ਹਜ਼ਾਰ ਦਾ ਨੁਕਸਾਨ, ਆਈ ਕੈਨ ਬੇਅਰ ਇਟ। ਦ ਫਸਟ ਆਫ ਥਿੰਗ ਇਜ਼ ਦੈਟ ਬਾਏ ਲੋਜ ਇਜ਼ ਨੋਟ ਫੋਰ ਦਾ ਪੁਲਿਸ, ਮਾਈ ਕੁਸ਼ਚਨ ਇਜ਼ ਦੈਟ ਇਫ ਦੇਰ ਇਜ਼ ਰੈੱਡ ਲਾਈਟ, ਰੈੱਡ ਲਾਈਟ ਇਜ਼ ਫੋਰ ਐਵਰੀ ਪਬਲਿਕ, ਈਚ ਐਂਡ ਐਵਰੀ ਵਨ।
ਲੁਧਿਆਣਾ ਪੁਲਿਸ ਨੇ ਦੋ ਅਲੱਗ ਅਲੱਗ ਮਾਮਲਿਆਂ ਵਿੱਚ ਦੋ ਦੋਸ਼ੀਆਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਕਾਬੂ ਕੀਤਾ ਜਿਸ ਵਿੱਚ ਰਣਜੀਤ ਸਿੰਘ ਜੋ ਕਿ ਕਿਰਾਏ ਤੇ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ ਅਤੇ ਆਮ ਲੋਕਾਂ ਨੂੰ ਲਿਫਟ ਦੇ ਬਹਾਨੇ ਗੱਡੀ ਵਿੱਚ ਬਿਠਾ ਕੇ ਉਹਨਾਂ ਨਾਲ ਲੁੱਟਖੋ ਕਰਦਾ ਸੀ। ਉਧਰ ਦੂਜੇ ਮਾਮਲੇ ਵਿੱਚ ਇੱਕ ਔਰਤ ਨੂੰ 42 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ। ਪੁਲਿਸ ਮੁਤਾਬਿਕ ਕੁਲਵਿੰਦਰ ਕੌਰ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਜੋ ਕਿ ਜ਼ਮਾਨਤ ਤੇ ਬਾਹਰ ਆਈ ਹੋਈ ਸੀ। ਪੁਲਿਸ ਮੁਤਾਬਿਕ ਪੁੱਛਗਿੱਛ ਜਾਰੀ ਹੈ, ਰਿਮਾਂਡ ਦੌਰਾਨ ਹੋਰ ਵੀ ਅਹਿਮ ਖੁਲਾਸੇ। ਥਾਣਾ ਲੱਡੂਆ ਸਾਡੇ SHO ਬਲਵਿੰਦਰ ਸਿੰਘ ਉਹਨਾਂ ਨੇ ਇੱਕ ਲੇਡੀ ਕੁਲਵਿੰਦਰ ਕੌਰ ਕੇਂਦਰੀ ਨਾਮ ਦੀ ਔਰਤ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲੋਂ 42 ਗ੍ਰਾਮ ਨਸ਼ੀਲਾ ਪਾਊਡਰ ਜਿਹੜਾ ਹੈਗਾ ਬਰਾਮਦ ਹੋਇਆ। ਇਹ ਲੇਡੀ ਫਿਰੋਜ਼ਪੁਰ ਤੋਂ ਆ ਕੇ ਰਜਾਪੁਰ ਦੇ ਏਰੀਏ ਦੇ ਵਿੱਚ ਰਹਿ ਰਹੀ ਸੀ, ਜਿਹਦੇ 'ਤੇ ਪਹਿਲਾਂ ਵੀ ਲਾਡੂਵਾਲ ਥਾਣੇ ਦੇ ਵਿੱਚ 3 ਕੁ ਮਹੀਨੇ ਪਹਿਲਾਂ ਪਰਚਾ ਦਰਜ ਹੋਇਆ ਸੀ। ਉਸ ਤੋਂ ਇਹ ਜ਼ਮਾਨਤ 'ਤੇ ਆ ਗਈ ਸੀ, ਜਿਹੜਾ ਇਹਨੂੰ ਕੱਲ੍ਹ ਫਿਰ ਦੁਬਾਰਾ ਜਿਹੜਾ ਹੈਗਾ 42 ਗ੍ਰਾਮ ਨਸ਼ੀਲਾ ਪਾਊਡਰ ਦੇ ਵਿੱਚ ਗ੍ਰਿਫਤਾਰ ਕੀਤਾ ਹੈ। ਸਾਡੇ ਕੋਲ ਇੱਥੇ ਲੁਧਿਆਣੇ 'ਚ ਤਾਂ ਜਿਹੜਾ ਹੈਗਾ ਪਹਿਲਾ ਪਰਚਾ 6ਵੇਂ ਮਹੀਨੇ ਦਰਜ ਹੋਇਆ ਸੀ, ਉਹ ਫਿਰੋਜ਼ਪੁਰ ਦੇ ਵਿੱਚ ਕੋਈ ਹੋਰ ਪਰਚੇ ਦਰਜ ਆ ਜਾਂ ਪੁਰਾਣਾ ਰਿਕਾਰਡ ਆ ਜਿਹੜਾ ਉਹ ਦੌਰਾਨੇ ਤਫਤੀਸ਼ ਜਿਹੜਾ ਹੈਗਾ ਪੜਤਾਲ ਦੇ ਵਿੱਚ ਅਸੀਂ ਵੈਰੀਫਾਈ ਕਰਾਂਗੇ। ਅਜੇ ਮਤਲਬ ਇਹਦੇ ਕੋਲ ਇੱਕ ਲਾਡੂਵਾਲ ਪਹਿਲਾਂ ਪਰਚਾ ਦਰਜ ਸੀ, ਇੱਕ ਇਹਨੂੰ ਕੱਲ੍ਹ ਗ੍ਰਿਫਤਾਰ ਕੀਤਾ ਅਤੇ ਤਫਤੀਸ਼ ਜਾਰੀ। ਅੱਜ ਅੰਮ੍ਰਿਤਸਰ ਬੱਸ ਸਟੈਂਡ ਵਿੱਚ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਸੂਤਰਾਂ ਮੁਤਾਬਿਕ ਇੱਥੋਂ ਦੀਆਂ ਦੋ ਟਰਾਂਸਪੋਰਟ ਕੰਪਨੀਆਂ ਬਾਬਾ ਬੁੱਢਾ ਸਾਹਿਬ ਅਤੇ ਦੀਪ ਸਾਹਿਬ ਵਿਚਾਲੇ ਬੱਸ ਦੇ ਟਾਈਮ ਟੇਬਲ ਨੂੰ ਲੈ ਕੇ ਤਕਰਾਰ ਹੋ ਗਈ। ਝਗੜਾ ਇੰਨਾ ਵੱਧ ਗਿਆ ਕਿ ਦੋਵਾਂ ਧਿਰਾਂ ਨੇ ਬੱਸ ਸਟੈਂਡ ਅੰਦਰ ਹੀ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਡੰਡੇ ਇੱਟਾਂ ਪੱਥਰ ਵੀ ਚੱਲੇ, ਜਿਸ ਵਿੱਚ ਕਰਿੰਦਿਆਂ ਨੂੰ ਮਾਮੂਲੀ ਸੱਟਾਂ ਲੱਗਣ ਦੀਆਂ ਖ਼ਬਰਾਂ ਨੇ। ਇੱਥੇ ਦੱਸ ਦਈਏ ਕਿ ਇਹਨਾਂ ਦੋਵਾਂ ਧਿਰਾਂ ਵਿਚਾਲੇ ਪਹਿਲਾਂ ਵੀ ਝਗੜਾ ਹੋ ਚੁੱਕਿਆ ਹੈ। ਘਟਨਾ ਵਾਲੀ ਜਗ੍ਹਾ 'ਤੇ ਪੁਲਿਸ ਨੇ ਸਥਿਤੀ ਨੂੰ ਕਾਬੂ ਕੀਤਾ ਅਤੇ ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਗਿਆ। ਦੀਪ ਬੱਸ ਸਰਵਿਸ ਅਤੇ ਬਾਬਾ ਬੁੱਢਾ ਬੱਸ ਸਰਵਿਸ ਦੋਨਾਂ ਪਾਰਟੀਆਂ ਦਾ ਬੱਸ ਦੇ ਟਾਈਮ ਦੇ ਉੱਤੇ ਥੋੜ੍ਹਾ ਤਕਰਾਰ ਚੱਲਦਾ ਸੀ, ਜੋ ਇਹਨਾਂ ਦਾ ਕੱਲ੍ਹ ਬਹਿ ਕੇ ਫੈਸਲਾ ਹੋ ਗਿਆ ਸੀ ਵੀ ਦੋਨੋਂ ਪਾਰਟੀਆਂ RTO ਸਾਹਿਬ ਦੇ ਦਫ਼ਤਰ ਜਾਣਗੀਆਂ ਅਤੇ ਉੱਥੇ ਬਹਿ ਕੇ ਜੋ ਵੀ ਫੈਸਲਾ ਹੋਏਗਾ ਉਹ ਕੀਤਾ ਜਾਏਗਾ। ਜਿਹੜਾ RTO ਸਾਹਿਬ ਨੇ ਟਾਈਮ ਚੇਂਜ ਕੀਤਾ ਵਾ ਉਹਦਾ ਬਹਿ ਕੇ ਉੱਥੇ ਮਸਲਾ ਹੱਲ ਕਰ ਲਾਂਗੇ। ਜਿਸ ਸੰਬੰਧ 'ਚ ਮੇਰੇ ਵੱਲੋਂ RTO ਸਾਹਿਬ ਨੂੰ ਫੋਨ 'ਤੇ ਗੱਲ ਕੀਤੀ ਸੀ, ਉਹਨਾਂ ਕਿਹਾ ਸੀ ਕਿ ਮੇਰੇ ਕੋਲ ਦੋਨੋਂ ਪਾਰਟੀਆਂ ਬੈਠੀਆਂ ਨੇ, ਅਸੀਂ ਬਹਿ ਕੇ ਇਹਨਾਂ ਦਾ ਹੱਲ ਕਰਵਾ ਰਹੇ ਹਾਂ। ਇਹਨਾਂ ਦੋਨਾਂ ਪਾਰਟੀਆਂ ਦੇ ਕੁਝ ਬੰਦੇ ਜਿਹੜੇ ਆ ਗੁੰਡਾ ਅਨਸਰ ਨੇ ਉਹ ਅੱਜ ਇਕੱਠੇ ਹੋ ਕੇ ਅਤੇ ਇਹਨਾਂ ਬੱਸ ਸਟੈਂਡ ਦੇ ਉੱਤੇ ਦੰਗਾ ਫਸਾਦ ਕੀਤਾ ਵਾ। ਹਾਂਜੀ, ਹਵਾਈ ਫਾਇਰ ਕੀਤੇ ਆ, ਜੋ ਦੋਵਾਂ ਪਾਰਟੀਆਂ ਦੇ ਅਗੇਂਸਟ ਹੀ ਕਾਰਵਾਈ ਕੀਤੀ ਜਾ ਰਹੀ। ਬੱਸਾਂ ਦੇ ਸ਼ੀਸ਼ੇ ਟੁੱਟੇ ਆ, ਜੋ ਇਹਨਾਂ ਨੇ ਜੋ ਕਿਸੇ ਨੇ ਜੁਰਮ ਕੀਤਾ ਉਹਦੇ ਖਿਲਾਫ਼ ਕਾਰਵਾਈ ਕੀਤੀ। ਕਾਫ਼ੀ ਬੰਦੇ ਆਈਡੈਂਟੀਫਾਈ ਨੇ। ਫਿਲਹਾਲ ਖ਼ਬਰਾਂ ਦੇ ਇਸ ਬੁਲੇਟਿਨ 'ਚ ਇੰਨਾ ਹੀ। ਦੇਸ਼ ਉਹਨਾਂ ਦੀ ਬਾਕੀ ਖ਼ਬਰਾਂ ਦੀ ਜਾਣਕਾਰੀ ਲਈ ਤੁਸੀਂ ਬਣੇ ਰਹੋ ਸਾਡੇ ਨਾਲ ਛੱਡੀਕਾ ਟਾਈਮ TV 'ਤੇ। ਧੰਨਵਾਦ।